ਬਾਣੀ ਆਪਾਂ ਨੂੰ ਖੋਏ ਗਏ ਜਿਹੜਾ ਬਿਆਨ ਦਿੱਤਾ ਟਵੀਟ ਕੀਤਾ ਕਿ ਸੈਂਟਰ ਸਰਕਾਰ ਪੰਜਾਬ ਨੂੰ ਵੀ ਇੱਕ ਜ਼ਮੀਨ ਅਲੋਟ ਕਰੇ ਚੰਡੀਗੜ੍ਹ ਵਿੱਚ ਵਿਧਾਨ ਸਭਾ ਵਾਸਤੇ ਵੀ ਅਤੇ ਹਾਈਕੋਰਟ ਵਾਸਤੇ ਵੀ ਇੱਕ ਬਹੁਤ ਹੀ ਮਾੜਾ ਖਤਰਨਾਕ ਬਿਆਨ ਪੰਜਾਬ ਦੇ ਪੰਜਾਬੀਆਂ ਦੇ ਪਿੱਠ 'ਤੇ ਛੁਰਾ ਮਾਰਨ ਵਾਲਾ ਬਿਆਨ ਦਿੱਤਾ ਪਿਛਲੇ 60-70 ਸਾਲਾਂ ਤੋਂ ਪੰਜਾਬੀ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਪੰਜਾਬ ਦੇ ਪਾਣੀ ਆਪਣ ਖੋਏ ਗਏ ਉਹਦੀ ਲੜਾਈ ਹਾਲੇ ਤੱਕ ਲੜ ਰਹੇ ਹੈ ਪੰਜਾਬੀ ਸੂਬਾ ਪੰਜਾਬੀ ਬੋਲਦੇ ਇਲਾਕੇ ਆਪਾਂ ਤੋਂ ਖੋਏ ਗਏ ਉਹਦੀ ਲੜਾਈ ਲੜ ਰਹੇ ਹੈ ਅਤੇ ਜਿਹੜਾ ਦੇਸ਼ ਦਾ ਕਾਨੂੰਨ ਹੈ ਕਿ ਜਿਹਦੇ ਜਿਹੜਾ ਸਟੇਟ ਕੈਪੀਟਲ ਹੈ ਉਹ ਹਰ ਸਟੇਟ ਕੋਲ ਕੈਪੀਟਲ ਹੋਊਗਾ ਜਦੋਂ ਕੋਈ ਸਟੇਟ ਰੀਓਰਗਨਾਈਜ਼ ਹੋਊਗੀ ਓਰੀਜਨਲ ਸਟੇਟ ਨੂੰ ਆਪਣਾ ਕੈਪੀਟਲ ਮਿਲੂ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਰਿਹਾ ਅਤੇ ਲਗਾਤਾਰ ਸੈਂਟਰ ਨਾਲ ਅਸੀਂ ਲੜਾਈ ਲੜ ਰਹੇ ਸਾਰੇ ਪੰਜਾਬੀ ਅਤੇ ਸ਼੍ਰੋਮਣੀ ਅਕਾਲੀ ਦਲ ਕੱਲ੍ਹ ਲੜ ਰਿਹਾ ਅਤੇ ਅੱਜ ਜਿਹੜਾ ਬਿਆਨ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਚੰਡੀਗੜ੍ਹ ਦੇ ਉੱਤੇ ਜਿਹੜਾ ਪੰਜਾਬ ਦਾ ਹਿੱਸਾ ਉਹਦਾ ਰਾਈਟ ਹੀ ਉਹਨੇ ਸਰੈਂਡਰ ਕਰ ਦਿੱਤਾ ਮੈਂ ਕਹਿਣਾ ਇੱਕ ਧੋਖਾ ਹੈ ਇੱਕ ਪੰਜਾਬ ਦੀ ਆਵਾਮ ਦੇ ਪਿੱਠ 'ਤੇ ਛੁਰਾ ਮਾਰਿਆ ਪਿਛਲੇ 60-70 ਸਾਲਾਂ 'ਚ ਹਜ਼ਾਰਾਂ ਪੰਜਾਬੀ ਨੇ ਜੰਗ ਇਹਨਾਂ ਲੜਾਈ ਲੜ ਕੇ ਕੋਈ ਸ਼ਹੀਦ ਹੋਏ ਕੋਈ ਜੇਲ੍ਹਾਂ 'ਚ ਗਏ ਸਾਰੀਆਂ ਕੁਰਬਾਨੀਆਂ ਇਸ ਬਿਆਨ ਨਾਲ ਉਹਨੇ ਰੋਲ ਦਿੱਤੀਆਂ ਜਿਹੜਾ ਚੰਡੀਗੜ੍ਹ ਜਿਹੜਾ ਆਪਣਾ ਕੈਪੀਟਲ ਹੈ ਪੰਜਾਬ ਦਾ ਹਿੱਸਾ ਕੈਪੀਟਲ ਹੈ ਅੱਜ ਤੱਕ ਜਦੋਂ ਦਾ ਡਿਸਪਿਊਟ ਚੱਲ ਰਿਹਾ ਹਰਿਆਣੇ ਨੇ ਅਤੇ ਸੈਂਟਰ ਨੇ ਆਹ ਡਿਸਪਿਊਟ ਨਹੀਂ ਕੀਤਾ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਨਹੀਂ ਹੈ ਜਿਹੜਾ ਡਿਸਪਿਊਟ ਜਿਹੜਾ ਕੰਡੀਸ਼ਨ ਲਾਈ ਸੀ ਕਿ ਸਾਨੂੰ ਇਹਦੇ ਜੇ ਤੁਸੀਂ ਪੰਜਾਬ ਨੂੰ ਦਿੰਦੇ ਹੋ ਉਹਨਾਂ ਦਾ ਰਾਈਟ ਹੈ ਸਾਨੂੰ ਆਹ ਚੀਜ਼ਾਂ ਦਿੱਤੀਆਂ ਜਾਣ ਜਾਂ ਆਹ ਕੰਡੀਸ਼ਨਾਂ ਲਾਈਆਂ ਜਾਣ ਚੰਡੀਗੜ੍ਹ ਦਾ ਰਾਈਟ ਪੰਜਾਬ ਦਾ ਹਾਲੇ ਤੱਕ ਕਿਸੇ ਨੇ ਡਿਸਪਿਊਟ ਨਹੀਂ ਕੀਤਾ ਪਰ ਐਤਕੀ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਨੇ ਹੀ ਅੱਗ ਲਾਤੀ ਹੈ 30 ਅਪ੍ਰੈਲ ਨੂੰ 2022 'ਚ ਚੀਫ ਜਸਟਿਸ ਆਫ ਇੰਡੀਆ ਦੇ ਸਾਰੇ ਮੁੱਖ ਮੰਤਰੀਆਂ ਦੇ ਚੀਫ ਜਸਟਿਸ ਦੀ ਮੀਟਿੰਗ ਸੱਦੀਆਂ ਉੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਹੀ ਬਿਆਨ ਦਿੱਤਾ ਕਿ ਸਾਡਾ ਸੈਪਰੇਟ ਸਾਨੂੰ ਜ਼ਮੀਨ ਦਿਓ ਸੈਪਰੇਟ ਹਾਈਕੋਰਟ ਵਾਸਤੇ ਕਿਉਂ ਸੈਪਰੇਟ ਹੈ ਤਾਂ ਪੰਜਾਬ ਦਾ ਹਾਈਕੋਰਟ ਹੈ ਪੰਜਾਬ ਦੀ ਅਸੈਂਬਲੀ ਵਾਸਤੇ ਅਲੱਗ ਜ਼ਮੀਨ ਦਿਓ ਕਿਉਂ ਆਹ ਤਾਂ ਸਾਡਾ ਆਪਣਾ ਅਸੈਂਬਲੀ ਹੈ ਅਤੇ ਇਸ ਕਰਕੇ ਆਹ ਜਿਹੜਾ ਲੜਾਈ ਅੱਗ ਲਾਈ ਹੈ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਆਪ ਲਾਈ ਹੈ ਉਹ ਅੱਗ ਲਾ ਕੇ ਮੌਕਾ ਦੇ ਤਾ ਹਰਿਆਣੇ ਨੂੰ ਕਿ ਹਰਿਆਣੇ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਵੀ ਲੋਡ ਕਰੋ ਅਸੀਂ ਕੋਈ ਆਪਣੇ ਘਰੇ ਕਿਸੇ ਨੂੰ ਕੋਈ ਕੋਠਾ ਪਾਉਣ ਦਿੰਦਾ ਆਹ ਪੰਜਾਬ ਆਪਣਾ ਜਦੋਂ ਪੰਜਾਬੀ ਸੂਬਾ ਬਣਿਆ ਉਹ ਸੂਬਾ ਭਾਸ਼ਾ ਦੇ ਧਾਰ 'ਤੇ ਬਣਿਆ ਗਿਆ ਪੰਜਾਬੀ ਸਪੀਕਿੰਗ ਇਲਾਕੇ ਪੰਜਾਬ ਨੂੰ ਦਿੱਤੇ ਗਏ ਉਦੋਂ ਚੰਡੀਗੜ੍ਹ ਜਿਹੜਾ ਖਰੜ ਤਹਿਸੀਲ ਦੇ ਪਿੰਡਾਂ ਵਿੱਚ ਬਣਿਆ ਚੰਡੀਗੜ੍ਹ ਜਿਹੜੇ ਪਿੰਡ ਸੀ ਉਹ ਸਾਰੇ ਪੰਜਾਬੀ ਸਪੀਕਿੰਗ ਸੀ ਸੋ ਜਿਹੜਾ ਓਰੀਜਨਲ ਜਿਹੜਾ ਅਕੋਰਡ ਵੀ ਹੈ ਜਿਹੜਾ ਉਦੋਂ ਐਕਟ ਬਣਿਆ ਗਿਆ ਰੀਓਰਗਨਾਈਜ਼ ਸਾਰਾ ਉਦੋਂ ਚੰਡੀਗੜ੍ਹ ਆਪਣੀ ਪੰਜਾਬ ਦੀ ਟੈਰੀਟਰੀ ਵਿੱਚ ਹੀ ਬਣਿਆ ਗਿਆ ਪੰਜਾਬੀ ਸਪੀਕਿੰਗ ਏਰੀਏ ਪਿੰਡਾਂ ਦੇ ਵਿੱਚ ਤਾਂ ਫਿਰ ਹਰਿਆਣੇ ਦਾ ਕੀ ਰਾਈਟ ਹੈ ਅਤੇ ਮੈਂ ਤਾਂ ਹੈਰਾਨ ਹੈ ਆਹ ਜਿਹੜਾ ਕਾਂਗਰਸ ਦੇ ਆਪਣੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਨੇ ਇਹੋ ਜਿਹਾ ਬਿਆਨ ਦਿੱਤਾ ਅੱਛਾ ਇਤਨੀ ਵੱਡੀ ਗੱਲ ਹੈਰਾਨੀ ਦੀ ਹੈ ਪਹਿਲੀ ਵਾਰ ਹੋਇਆ ਪੰਜਾਬ ਦਾ ਮੁੱਖ ਮੰਤਰੀ ਵੀ ਉਹੀ ਬੋਲੀ ਬੋਲ ਰਿਹਾ ਹਰਿਆਣੇ ਦਾ ਮੁੱਖ ਮੰਤਰੀ ਵੀ ਉਹੀ ਬੋਲੀ ਬੋਲ ਰਿਹਾ ਅਤੇ ਸੈਂਟਰ ਵੀ ਉਹੀ ਬੋਲੀ ਬੋਲ ਰਿਹਾ ਮਤਲਬ ਕੀ ਭਗਵੰਤ ਮਾਨ ਸਾਹਿਬ ਤੁਹਾਨੂੰ ਪੰਜਾਬੀਆਂ ਨੇ ਐਡਾ ਵੱਡਾ ਵਰਡਿਕਟ ਦਿੱਤਾ ਇਤਿਹਾਸਿਕ ਵਰਡਿਕਟ ਦਿੱਤਾ 92 MLA ਜਿਤਾਇਆ ਮਤਲਬ ਨਹੀਂ ਕਿ ਤੁਸੀਂ ਪੰਜਾਬ ਨੂੰ ਵੇਚ ਦਿਓ ਪੰਜਾਬ ਨੂੰ ਲੋਕਾਂ ਦੇ ਹਵਾਲੇ ਦੂਜੇ ਸੂਬਿਆਂ ਦੇ ਹਵਾਲੇ ਕਰ ਦਿਓ ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬੀ ਕਿਤੇ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਹਿੱਤਾਂ ਨੂੰ ਕੋਈ ਸਰੈਂਡਰ ਕਰਦੇ ਮੈਂ ਹੌਲੀ ਦੇਖ ਰਿਹਾ ਪਿਛਲੇ 4 ਮਹੀਨਿਆਂ ਦੇ ਅੰਦਰ ਅਸੀਂ ਦੇਖ ਰਹੇ ਹਾਂ ਕਿ ਜੋ ਪੰਜਾਬ ਦਾ ਮੁੱਖ ਮੰਤਰੀ ਹੈ
हौली हौली सारे इंटरस्ट पंजाब दे सरेंडर करी जा रहा है। जो भाखड़ा ब्यास मैनेजमेंट बोर्ड दे परमानेंट मैंबर पंजाब सी, वो परमानेंट मैंबर लाया गया, पंजाब का मुख्यमंत्री नहीं बोलिया। जो पंजाब यूनिवर्सिटी नू सेंट्रल यूनिवर्सिटी बनाने का बयान आया, पंजाब का मुख्यमंत्री नहीं बोलिया। जो यूनियन टेरिटरी जिथे रिक्रूटमेंट डायरेक्ट नहीं होंदी सी, वो पंजाब तो लोग आते पंजाब पैटर्न दे हुंदा सी, जो पंजाब नू यूटी दे विच डायरेक्ट रिक्रूटमेंट किया गया। डायरेक्ट रिक्रूटमेंट का मतलब है यूटी काडर क्रिएट किया गया, जो अज तक नहीं क्रिएट किया गया सी, उदो पंजाब का मुख्यमंत्री नहीं बोलिया। क्यों? सही मैंने तो जिन्हें पंजाबी मां का दुध पीता हो जे बयान नहीं दे सकता। मैं तो हैरान है कि बोली मुख्यमंत्री है कि नहीं, कौन कंट्रोल कर रहा है, कौन बयान दे रहा है। असी तो डीक रहे सी, शायद गलती ना बयान दिता गया ना होए, पर अज हुण ऐ लगता है कि बड़ी साजिश नाल केजरीवाल ने बयान दवाया है। ते क्योंकि भगवंत मान तो रबर स्टैंप है ते चुप करके बैठा है, श्रोमणी अकाली दल किते बर्दाश्त नहीं करूगा, तो पंजाबी किते बर्दाश्त नहीं करूगा। देखो जदों का देश आजाद होया पंजाब ना वितकरे होंदे रहे है, जदों देश आजाद होया सारे सूबे बोली दे आधार ते बनाए गए, पंजाब नहीं बनाया गया। फिर 1956 विच पंजाबी मोर्चा, पंजाबी सूबा मोर्चा लाया गया, ते फिर 1966 विच पंजाब नू रीओर्गनाइज किया गया ते पंजाब बनाया गया। उत्थे भी अपने ना गांधी परिवार ने धोखा किया, अपने कई पंजाबी बोलते इलाके आप तो खोए गए। चंडीगढ़ अपना कैपिटल नहीं दिता गया, देखो किड्डा वड्डा धोखा दिता गया। तो उहदे बाद इंदिरा गांधी ने फिर तो मोर्चा लाया कि साढ़े पंजाबी बोलते इलाके दिते जा, अपने दिते जाए तो चंडीगढ़ दिता जाए। तो मैं अखबार की कटिंग लेके आया, 1970 विच इंदिरा गांधी ने अनाउंस किया प्रधानमंत्री ने कि चंडीगढ़ गोज टू पंजाब, आ इंडियन एक्सप्रेस की हेडलाइन है चंडीगढ़ गोज टू पंजाब। अगले दिन वह भी मुकर गए, फिर एजिटेशन चलिया, लोग शहीद होए, कुर्बानियां दित्तियां, जेलों च गए। तो फिर 85 विच राजीव लौंगोवाल अकॉर्ड बनाया गया, रिकॉर्ड विच लिखा गया, क्लीयरली लिखा गया कैपिटल प्रोजेक्ट एरिया ऑफ चंडीगढ़ विल गो टू पंजाब, आ लिखा गया। 26 जनवरी 1985 विच 86 विच चंडीगढ़ नू अकॉर्ड दे हिसाब नाल पंजाब नू दित्ता जाना सी। एक दिन पहले जिन्हें पुलिस महकमा सी उन्हां दी वर्दियां चेंज कीतियां गईयां, उत्थे चंडीगढ़ पुलिस की जगह पंजाब पुलिस उन्होंने बैच दिते गए, सारा इंतजाम हो गया। सवेरे जो रिपब्लिक 26 जनवरी की परेड होनी है पंजाब के कैपिटल चंडीगढ़ होनी सी, रातों रात फिर तो पिट ते छुरा मारा गया ते कॉर्ड दे अपने जो चंडीगढ़ फिर तो अपने दिता गया। इन्नी संघर्ष होए पिछले कि देखो आजादी तो बाद अज तक संघर्ष ही चल रहे हैं। कल्ला सूबा है पूरे हिंदुस्तान में जिसका कैपिटल नहीं है, हुणी तेलंगाना बनिया, हैदराबाद उहदे गया गया। जिन्हें भी तुसीं देखो देश विच नए स्टेट बने हैं, नईया स्टेट नूं अलग कैपिटल पिटा, ओरिजिनल स्टेट कोल कैपिटल रहा, कल्ला पंजाब है। अपना पानी खोया गया सेंटर सरकार ने, गांधी परिवार ने, उदों भी पंजाब दे कांग्रेस दा मुख्यमंत्री सी, उहनें उहदा बहुत वड्डा योगदान सी। फिर पंजाबी संघर्ष करदे रहे पंजाबी से, मेरा मतलब है आ जिहड़ा बयान जिहड़ा पंजाब दे चीफ मिनिस्टर ने दिता है, मैं कहना बहुत ही खतरनाक बयान है। हज़ारां टेलीफोन मैनू पंजाब दे कोने कोने तो आए है, देश तो बाहर जिते पंजाबी बैठे है उन्हां तो आए है कि वो जिहड़े परिवारां ने अपनियां जानां कुरबान करतियां, शहादतां देतियां, उन्हां परिवारां दे टेलीफोन आए है कि हो की रहा पंजाब दे मुख्यमंत्री नूं, कि पंजाब दा एडा वड्डा हक जिहदे वास्ते हज़ारां शहादतां गईयां
एक मिनट च एक बयान दे के खत्म कर रहा सरेंडर करता। श्रोमणी अकाली दल ते पंजाबी किसी हालत विच बर्दाश्त नहीं करनगे। मैं चेतावनी देना चाहना मुख्यमंत्री नूं, जां तां इमीजिएटली वापस लो ते नाले मैं सेंटर सरकार नूं भी कहना चाहना किसी हालत विच श्रोमणी अकाली दल ते पंजाबी चंडीगढ़ पंजाब दा हिस्सा है, पूरी जिंदगी रहूगा। किसी हालात विच असी पंजाबी श्रोमणी ते श्रोमणी अकाली दल पार्टी पंजाब दी टेरिटरी चंडीगढ़ विच हरियाणे नूं ना विधानसभा वास्ते ना हाई कोर्ट वास्ते जमीन अलॉट कर देवांगे। जो मर्जी संघर्ष करना पिया, जो मर्जी कुर्बानियां देनियां पईयां, श्रोमणी अकाली दल ते पंजाबी तैयार है। तो इस करके मैं देश दे होम मिनिस्टर दे प्रधानमंत्री जी नूं बेनती करना चाहुंदा कि आ जिहड़ी सेंटीमेंट्स पंजाबियां दे तुसीं जरूर सुनो, क्योंकि मैं बड़ी हैरानी हुई जदों मैं पढ़िया देश दे होम मिनिस्टर दा बयान कि असीं देन नूं तैयार हैं। ओ केयर यूनियन टेरिटरी कल्ली केयर टेकर है, सेंटर सरकार आ यूनियन टेरिटरी टेंपरेरी बनाई गई है। आ जदों राजीव गांधी रिकॉर्ड होया हिंदुस्तान दे पार्लीमेंट ने रेटिफाई कीता है, अज तक नलफाई नहीं होया। मतलब आ तो टेंपरेरी चार्ज किसी नूं दिता है, सेंटर कोले टेंपरेरी चार्ज है, सूबा साडा, आ जमीन साडी है, मालक असी हैं। सो किसे हालत विच ना सेंटर सरकार ना हरियाणा सरकार आ साडी जमीन दे उत्ते किसे होर नूं राइट दे सकदी है। ते नाले पंजाब दा मुख्यमंत्री बनना इहदा मतलब नहीं है कि पंजाब दा मुख्यमंत्री कुछ मर्जी दे दे किसे नूं। ते इस करके भगवंत मान साहब हले तक कल्ले तुसी कस्टोडियन हो, मालक नहीं है तुसी, तुहानूं इक जिम्मेवारी दित्ती है। तो इस करके पंजाबी ते श्रोमणी अकाली दल किते बर्दाश्त नहीं करेगा। ते असी उहनूं वार्निंग दिंदे हां ते जल्दी ही असी इमीजिएटली असी अपनी सीनियर कोर कमेटी मीटिंग करा रहे हैं। जे इहने आ विड्रॉ ना कीती स्टेटमेंट ते ना पंजाबियों नूं भरोसा दवाया कि वह अगे हो के लड़ूगा पंजाब के हकों वास्ते, भावें BBME का है, भावें पंजाब सेंट्रल यूनिवर्सिटी पंजाब की पंजाब यूनिवर्सिटी बनाउण दा गल है, भावें डायरेक्ट रिक्रूटमेंट की गल है, जे चीफ मिनिस्टर नहीं विड्रॉ करेगा या ना स्टैंड लूगा तो श्रोमणी अकाली दल जल्दी मीटिंग करके अपना फ्यूचर प्लान जिहड़ा है वह डिसाइड करेगा। कोई सवाल जी? मैं उही कह रहा कि बहुत वड्डी साजिश लग रही है जिहड़ा अरविंद केजरीवाल, उन्हें देखिया कि उन्हें देख लिया कि 3 महीने च 92 सीटा जितने वाली पार्टी 3 महीने च पार्लीमेंट बाय इलैक्शन मुख्यमंत्री दी अपने हल्के चो हार जाती है। उन्हें पता लग गया कि अगली बार पंजाब तो साडा कुछ नहीं बनना। हुण उन्हें सोचिया केजरीवाल ते आम आदमी पार्टी ने क्यों ना असी अपने हरियाणे च पोजिशन स्ट्रोंग करिए, क्यों ना आपां दूजी स्टेटां च पोजिशन स्ट्रोंग करिए। मैनू तो डर है, अज तां बयान आया भगवंत मान दा पंजाब दे कैपिटल चंडीगढ़ बारे, मैनू डर है कि पंजाब दा पानी इस वायल दे बारे, या पंजाब दा पानी ना दे दे, या पंजाब दी पंजाबी बोलदे इलाके ना वो कोई दे दे। मैनू तो आ डर है अगले। मैं पंजाबियों नूं एडवांस मैं दसना चाहुंदा है, इस मुख्यमंत्री तो कोई भरोसा नहीं की कर दूगा, क्योंकि आ एक रिमोट कंट्रोल दा मुख्यमंत्री है, मुख्यमंत्री नहीं है। असली मुख्यमंत्री केजरीवाल है, उहदा डिप्टी मुख्यमंत्री राघव चड्ढा है, आ तां कल्ला PN है जो उत्थे आउंदा फाइल ते आउंदा अगे फाइल भेजण वाला है। हाँ जी, असी उन्हां दा राइट ही नहीं है। पहली गल है मेरा घर है, थोड़ा घर है, कि मैं थोड़े घर च कोई जगह अलॉट कर सकता किसी नूं? आ लैंड पंजाबी बोलदे पिंडां विचों चंडीगढ़ बनया है, जदों पंजाब रीओर्गनाइजेशन एक्ट बनया है त
ਤੇ ਸੈੱਟ ਫਾਰਮੂਲਾ ਬਣਿਆ ਸੀ ਪੂਰਾ ਐਕਟ ਦੇ ਹਿਸਾਬ ਨਾਲ। ਤਹਿਸੀਲ ਖਰੜ ਦਾ ਇਹ ਪਿੰਡ ਸੀ ਜਦੋਂ ਚੰਡੀਗੜ੍ਹ ਬਣਿਆ। ਸੋ ਪੰਜਾਬ ਦੀ ਟੈਰੀਟਰੀ ਇਕੱਲੀ ਕੰਡੀਸ਼ਨਲ ਉਹਨਾਂ ਨੇ ਟੈਂਪਰੇਰੀ ਯੂਟੀ ਬਣਾਇਆ ਸੀ ਕਿ ਬਾਕੀ ਫਾਰਮੈਲਿਟੀ ਜੋ ਹੈ ਉਹ ਪੂਰੀਆਂ ਹੋਣ। ਉਹ ਫਾਰਮੈਲਿਟੀ ਕੀ ਕਰਨੀਆਂ ਸੀ ਕਿਉਂਕਿ ਕਾਂਗਰਸ ਦਾ ਰਾਜ ਸੀ। ਉਹਨਾਂ ਨੇ ਜਿਵੇਂ ਹਰ ਵਾਰ ਕਾਂਗਰਸ ਆਪਣੇ ਪੰਜਾਬੀਆਂ ਦੇ ਪਿੱਠ 'ਤੇ ਇਸ਼ੂਰਾ ਮਾਰਦੀ ਆ, ਜਿਵੇਂ ਪਾਣੀ ਖੋਲਿਆ ਦੂਜਾ ਖੋਲਿਆ, ਉਹਨਾਂ ਨੇ ਆਪਾਂ ਨੂੰ ਦਿੱਤਾ ਨਹੀਂ ਅਤੇ ਅਕਾਲੀ ਦਲ ਰਜਿਸਟ੍ਰੇਸ਼ਨ ਕਰਦਾ ਰਿਹਾ। ਜੇ ਆਪਣਾ ਹਿੱਸਾ ਨਾ ਹੁੰਦਾ, ਇੰਦਰਾ ਗਾਂਧੀ ਨੇ 70 'ਚ ਕਿਉਂ ਕਿਹਾ ਪੰਜਾਬ ਗੋਸ ਟੂ ਚੰਡੀਗੜ੍ਹ, ਲੌਂਗੋਵਾਲ ਅਕੋਰਡ 'ਚ ਕਿਉਂ ਲਿਖਿਆ ਚੰਡੀਗੜ੍ਹ ਪਾਰਟ ਆਫ ਪੰਜਾਬ। ਚੰਡੀਗੜ੍ਹ ਸਦਾ ਪੰਜਾਬ 'ਚ, ਕਿਤੇ ਹਰਿਆਣਾ ਚੀਫ ਮਿਨਿਸਟਰ ਨੇ ਆਹ ਡਿਸਪਿਊਟ ਨਹੀਂ ਕੀਤਾ ਕਿ ਚੰਡੀਗੜ੍ਹ ਹਰਿਆਣੇ ਦਾ। ਉਹਨਾਂ ਨੇ ਇਹ ਕਿਹਾ ਕਿ ਸਾਨੂੰ ਇਹਦੇ ਲਿਊ ਵਿੱਚ ਕੰਪਨਸੇਸ਼ਨ ਕੀ ਦਿਓਗੇ। ਉਹਨਾਂ ਦੀ ਗੱਲ ਕੰਪਨਸੇਸ਼ਨ ਦੀ ਹੈ, ਰਾਈਟ ਉਹਨਾਂ ਨੇ ਕਿਤੇ ਨਹੀਂ ਕਿਹਾ ਕਿ ਸਾਡਾ ਹੈ। ਆਹ ਤਾਂ ਸਾਡਾ ਆਪਣਾ ਰਾਈਟ ਹੈ, ਸਾਡਾ ਘਰ ਹੈ। ਹਲੇ ਕੋਈ ਦਿੱਤੀ ਨਹੀਂ ਗਈ ਹੈ, ਆਹ ਹਲੇ ਅਖਬਾਰ 'ਚ ਆਇਆ, ਸਟੇਟਮੈਂਟ ਆਈ ਹੈ। ਪਰ ਅਸੀਂ ਅੱਜ ਮੈਂ ਉਹੀ ਕਹਿ ਰਿਹਾ ਕਿ ਪੰਜਾਬ ਅਸੀਂ ਜੋ ਪਲੈਨ ਅਗਲੀ ਪਾਰਟੀ ਦੀ ਮੀਟਿੰਗ ਦਿਸਾਂਗੇ। ਆਹ ਜ਼ਿੰਮੇਵਾਰੀ ਸਭ ਤੋਂ ਪਹਿਲੇ ਲੜਾਈ ਲੜਨ ਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਦੀ ਹੈ। ਪਰ ਹੋਣਾ ਕਿ ਹੋ ਕੀ ਗਿਆ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਵਿਰੋਧੀ ਬਣ ਗਿਆ। ਪੰਜਾਬ ਦਾ ਮੁੱਖ ਮੰਤਰੀ ਆਪ ਆਪਣਾ ਰਾਈਡ ਕਰਿਆ ਕਿ ਘਰ ਮੇਰਾ ਨਹੀਂ ਹੈ ਕਿ ਮੈਨੂੰ ਹੋਰ ਕਿਤੇ ਦੇ ਦਿਓ। ਆਹ ਪੰਜਾਬ ਦਾ ਸੈਕਟਰੀਏਟ ਪੰਜਾਬ ਦਾ ਹਰਿਆਣਾ ਜਿੱਥੇ ਅਸੈਂਬਲੀ ਕਰਦਾ, ਉਹ ਸਮਝ ਲਓ ਆਪਾਂ ਉਹਨੂੰ ਬਿਠਾਇਆ ਟੈਂਪਰੇਰੀ ਤੌਰ 'ਤੇ। ਹਾਈਕੋਰਟ ਜੇ ਹਰਿਆਣੇ ਨੂੰ ਚਾਹੀਦਾ ਪੰਚਕੂਲੇ ਬਣਾ ਲੈਣ ਆਪਣਾ ਹਾਈਕੋਰਟ, ਆਪਣਾ ਵਿਧਾਨ ਸਭਾ ਪੰਚਕੂਲੇ ਬਣਾ ਲੈਣ। ਮੈਂ ਉਹੀ ਕਹਿ ਰਿਹਾ ਕਿ ਭਗਵੰਤ ਮਾਨ ਦੀ ਜ਼ਬਾਨ ਕੇਜਰੀਵਾਲ ਨੇ ਆਪਣੇ ਹੱਥ 'ਚ ਕਰ ਲਈ ਹੈ। ਜੋ ਕੇਜਰੀਵਾਲ ਜੋ ਡਿਸਾਈਡ ਕਰੂਗਾ ਉਹ ਫੈਸਲੇ ਹੁੰਦੇ ਹੈ। ਕਿਤੇ ਭਗਵੰਤ ਮਾਨ ਨੂੰ ਤੁਸੀਂ 4 ਮਹੀਨੇ ਹੋ ਗਏ ਕਿਤੇ ਪ੍ਰੈਸ ਕਾਨਫਰੰਸ ਤੁਸੀਂ ਮਿਲੇ ਹੋ? ਨਹੀਂ, ਨਾ ਕਰਨ ਦੇ ਰਹੇ ਹੈ। ਕਿਉਂਕਿ ਸਾਰੇ ਸਰਕਾਰ ਕਿਵੇਂ ਚਲਾਉਣੀ ਹੈ, ਕਿਹਨੂੰ ਮਿਲਣਾ, ਕਿਵੇਂ ਕਰਨਾ, ਉਹ ਕੇਜਰੀਵਾਲ ਡਿਸਾਈਡ ਕਰ ਲਿਆ। ਹੁਣ ਇੱਕ ਰਾਘਵ ਚੱਡੇ ਦਾ ਕੀ ਰੋਲ ਆ ਪੰਜਾਬ 'ਚ? 50 ਨੰਬਰ ਕੋਠੀ ਦਿੱਤੀ ਗਈ ਹੈ, ਸਾਰੀਆਂ ਮੀਟਿੰਗਾਂ, ਸਾਰੀ ਡਿਸੀਜਨ, ਜੋ ਪਲੈਨਿੰਗ, ਜੋ ਕੇਜਰੀਵਾਲ ਦੀ ਪਲੈਨਿੰਗ ਹੈ ਉਹ ਰਾਘਵ ਚੱਡਾ ਕਰ ਰਿਹਾ। ਭਗਵੰਤ ਮਾਨ ਨੂੰ ਤਾਂ ਇਕੱਲੀ ਕੋਠੀ ਦਿੱਤੀ ਹੈ ਅਤੇ ਉਹਦੇ ਨਾਂ 'ਤੇ ਬਿਆਨ ਦਿੱਲੀਓਂ ਇਸ਼ੂ ਹੋ ਰਹੇ ਆ। ਜੋ ਹੁਣ ਜਿਹੜੀ ਫੈਸਲਾ ਕੀਤਾ ਜਿਹੜਾ ਤੁਸੀਂ ਦੇਖਿਆ ਹੋਣਾ ਐਕਟ, ਨਵੀਂ ਐਡਵਾਈਜ਼ਰੀ ਕਮੇਟੀ ਬਣਾਈ ਹੈ, ਮਤਲਬ ਕੀ ਹੈ ਕਿ ਸੁਪਰ CM ਰਾਘਵ ਚੱਡਾ ਨੂੰ ਲਾ ਕੇ ਆ ਸਾਰਾ ਕੁਝ ਲੀਗਲਾਈਜ਼ ਕਰਨਾ। ਜਿਵੇਂ ਪਹਿਲੇ ਪੰਜਾਬ ਦੇ ਅਫਸਰ ਦਿੱਲੀ ਬੁਲਾਏ ਜਾਂਦੇ ਸੀ, ਮੀਡੀਆ ਨੇ ਰੌਲਾ ਪਾਇਆ, ਸਾਰੇ ਪੰਜਾਬੀ ਨੇ ਰੌਲਾ ਪਾਇਆ, ਫਿਰ ਇਹਨਾਂ ਨੇ ਇੱਕ ਜਾਲੀ ਜਿਹਾ ਅਗਰੀਮੈਂਟ ਕੀਤਾ ਲੈਜੀਟਮਾਈਜ਼ ਕਰਨ ਵਾਸਤੇ। ਉਹੀ ਹੁਣ ਰਾਘਵ ਚੱਡਾ ਨੂੰ CM ਲੈਜੀਟਮਾਈਜ਼ ਪਾਵਰ ਲੈਜੀਟਮਾਈਜ਼ ਕਰਨ ਵਾਸਤੇ ਉਹਨੂੰ ਕਮੇਟੀ ਦਾ ਚੇਅਰਮੈਨ ਬਣਾਉਣਗੇ। ਪਰ ਪੰਜਾਬੀ ਕਿਤੇ ਬਰਦਾਸ਼ਤ ਨਹੀਂ ਕਰਨਗੇ। ਮੈਂ ਇੰਨਾ ਕਹਿਣਾ ਚਾਹੁੰਦਾ, ਹਲੇ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਕਿ ਤੁਹਾਡੇ ਕੋਲ MLA ਹੈ, ਆ ਸਰਕਾਰ ਆਉਂਦੀਆਂ ਜਾਂਦੀਆਂ ਰਹਿੰਦੀਆਂ। ਹੰਡਰਡ% ਅਸੀਂ ਪ੍ਰਾਈਮ ਮਿਨਿਸਟਰ ਨੂੰ ਮਿਲਾਂਗੇ ਅਤੇ ਹੋਮ ਮਿਨਿਸਟਰ ਨੂੰ ਮਿਲਾਂਗੇ ਕਿ ਹਰਿਆਣੇ ਦਾ ਕੋਈ ਰਾਈਟ ਨਹੀਂ ਹੈ ਪੰਜਾਬ ਅੱਛਾ UT ਉੱਤੇ ਕੋਈ ਜ਼ਮੀਨ ਲੈਣ ਦਾ। ਜੇ ਉਹਨਾਂ ਨੂੰ ਇੰਟਰਸਟ ਹੈ, ਉਹਨੇ ਨਾਲ ਹੀ ਪੰਚਕੂਲਾ ਉੱਥੇ ਬਣਾ ਲੈਣ ਆਪਣਾ ਹਾਈਕੋਰਟ, ਜਾਂ ਉੱਥੇ ਜਿਹੜੇ ਉੱਥੇ ਆਪਣੇ ਆਪਣਾ ਅਸੈਂਬਲੀ ਬਣਾ ਲੈਣ। ਅਤੇ ਅਸੀਂ ਕਲੀਅਰਲੀ ਬੋਨ ਅਸੀਂ ਪਰਸੋਂ ਚੌਥੇ ਅਸੀਂ ਮੀਟਿੰਗ ਸੱਦ ਰਹੇ ਹਾਂ, ਐਮਰਜੈਂਸੀ ਮੀਟਿੰਗ, ਉਹਦੇ ਬਾਅਦ ਵੀ ਵਿਲ ਟੇਕ ਅ ਫਾਈਨਲ ਡਿਸੀਜਨ। ਸਾਡਾ ਕਲੀਅਰ ਸਟੈਂਡ ਹੈ ਕਿਸੇ ਹਾਲਤ 'ਚ ਵੀ ਵਿਲ ਨੋਟ ਅਲਾਓ ਦੈਟ। ਆਈ ਐਮ ਸਟਿਕਿੰਗ ਟੂ ਦਿਸ। ਅੱਜ ਦਾ ਪ੍ਰੈਸ 'ਚ ਐਸੀ ਰੱਖੋ। ਥੈਂਕ ਯੂ ਜੀ, ਧੰਨਵਾਦ।